ਕਪਤਾਨ ਪ੍ਰੋ ਫਾਰਮਰ ਚੈਨਲ ਦੇਖਣ ਵਾਲੇ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਵਿੱਚ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਆਪਾਂ DBW 187 ਬਾਰੇ ਗੱਲ ਕਰਨੀ ਆ ਕਿ ਇਹਦਾ ਹੁਣ ਤੱਕ ਦਾ ਆਪਣਾ ਤਜਰਬਾ ਕੀ ਰਿਹਾ ਪਿਛਲੇ ਸਾਲ ਦਾ ਤਜਰਬਾ ਕੀ ਸੀ ਤੇ ਕੀ ਝਾੜ ਆਇਆ ਸੀ ਤੇ ਅੱਗੇ ਕਿਵੇਂ ਦੀ ਰਹਿੰਦੀ ਉਮੀਦ ਆ ਇਹਦੇ ਬਾਰੇ ਆਪਾਂ ਸਾਰੀ ਜਾਣਕਾਰੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਅੱਜ ਆਪਾਂ ਪਿੰਡ ਤੋਂ ਪਿਛਲੇ ਪਾਸੇ ਵਾਲੇ ਖੇਤਾਂ 'ਚ ਆਏ ਆ ਥੋੜਾ ਜਿਹਾ ਦੇਣੇ ਛੋਪਰੇ ਆ ਵੀਡੀਓ ਕੁਆਲਿਟੀ ਲਈ ਮਤਲਬ ਮਾਫੀ ਆ ਆ ਦੇਖੋ ਆ ਖੇਤ ਹਨੀ ਆਪਣੇ ਇਥੋਂ ਉਹ ਸਟਾਰ ਨੇ ਇਹ ਵੈਰਾਈਟੀ ਕੁਝ ਹੋਰ ਲੱਗੀ ਆ ਇਹ ਘਰ ਦਾ ਬੀਜ ਆ ਇਹ ਥੋੜੀ ਜੀ ਮਤਲਬ ਬਜਾਈ ਰੋਟਾਵੇਟਰ ਨਾਲ ਪਛੇਤੀ ਕੀਤੀ ਸੀ ਇੱਥੇ 11 21 ਸੀ ਤੇ ਆ ਆਪਣਾ ਸ਼ਰੀਰਾਮ 272 ਇਧਰ ਲਈ ਖੇਤਾ ਜ ਆਪਾਂ ਤਜਰਬੇ ਲਈ ਲਾਇਆ ਤੇ ਉਹ ਅੱਗੇ ਆਪਣਾ 2967 ਆ ਤੇ ਜਿਹੜੀ ਡੀਬੀਡਬਲ 187 ਆ ਉਹ ਇਹ ਸ਼ਮਸ਼ਾਨ ਘਾਟ ਹੈ ਤੇ ਇਹਦੇ ਤੋਂ ਪਿਛਲੀ ਸਾਈਡ ਡੀਬੀਡਬਲਯੂ 187 ਹੈ ਕਿਸਾਨ ਵੀਰ ਉਹ ਆਪਣੇ ਕੀ ਹੋਇਆ ਸੀ ਕਿ ਪਿਛਲੀ ਵਾਰੀ ਵੀ ਇਹ ਇਹਦੀ ਬਜਾਈ ਹੈ ਜਿਹੜੀ ਆਪਾਂ ਨਵੰਬਰ ਦੀ 1 ਤਰੀਕ ਨੂੰ ਕੀਤੀ ਸੀ ਤੇ ਜਿਹੜੀ ਕੋਈ ਹੋਰ ਇਹਦੇ ਨਾਲ ਕਿਸਮ ਇੱਕੋ ਦਿਨ ਸੇਮ ਡੇ ਸੇਮ ਖੇਤ ਵਿੱਚ ਬੀਜੀ ਸੀ ਤੇ ਉਹ ਥੋੜੀ ਜੀ ਮਤਲਬ ਉਹਨੇ ਬੂਟਾ ਵੀ ਲੇਟ ਮਾਰਿਆ ਸੀ ਇਹ ਨਸਾਰਾ ਵੀ ਲੇਟ ਕੀਤਾ ਸੀ ਪਰ ਇਹਨੇ ਬੜੀ ਮਤਲਬ ਜਲਦੀ ਜਲਦੀ ਸਭ ਕੁਝ ਕੱਦ ਬੇਸ਼ੱਕ ਜ਼ਿਆਦਾ ਕਰ ਲਿਆ ਸੀ ਬਾਰੇ ਮਤਲਬ ਸਭ ਨਾਲੋਂ ਤੇਜ਼ ਜੇਕਰ ਮੈਂ ਕੋਈ ਵੈਰਾਈਟੀ ਕਹਦਾ ਤੇ ਉਹ DBW 187 ਆ ਤੇ ਇਸ ਸਾਲ ਵੀ ਆਪਣੇ ਨਾਲ ਇਹੋ ਹੀ ਆ 6 ਨਵੰਬਰ ਨੂੰ ਆਪਾਂ DBW 187 ਬੀਜੀ ਸੀ ਇਹ ਪਿੰਡ ਤੋਂ ਪਿਛਲੇ ਪਾਸੇ ਵਾਲੇ ਖੇਤ ਚ ਤੇ ਇਹਦੇ ਤੋਂ ਅੱਗੇ ਜਿਹੜੇ ਖੇਤ ਆ ਮਤਲਬ ਉੱਥੇ ਐਵੇਂ ਹੋਇਆ ਕਿ ਆਪਾਂ ਨੂੰ ਇਹ ਫੀਲ ਹੋਇਆ ਕਿ ਬਾਕੀਆਂ ਵੈਰਾਈਟੀਆਂ ਦੇ ਮੁਕਾਬਲੇ ਇੰਨੀ ਨਸਾਰਾ ਵੀ ਛੇਤੀ ਕਰ ਲਿਆ ਪਕਾ ਵੀ ਹੁਣ ਛੇਤੀ ਕਰ ਰਹੀ ਆ ਰੰਗ ਵੀ ਜਿਹੜਾ ਉਹਦਾ ਬਾਕੀਆਂ ਕਿਸਮਾਂ ਨਾਲੋਂ ਅਲੱਗ ਆ ਹੁਣ ਪੱਕਣ ਵੱਲ ਨੂੰ ਜਾ ਰਿਹਾ ਤੇ ਨੁਕਸਾਨ ਇਹਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੇ ਐਡਵਾਂਸ ਹੋ ਕੇ ਵੀ ਚੱਲ ਰਹੀ ਆ ਜਿਹੜੇ ਵੀਰ ਪਛੇਤੀ ਵਜਾਈ ਕਰਦੇ ਆ ਉਹ ਉਹਨਾਂ ਦੇ ਹੈਗਾ ਕਿ ਇਹਨੇ ਮਤਲਬ ਸਲੋ ਚੱਲ ਰਹੀ ਹੈ ਉਹਨਾਂ ਖੇਤਾਂ ਵਿੱਚ ਕਈਆਂ ਦੇ ਤੇਜ਼ ਚੱਲਦੀ ਹੈ ਕਈਆਂ ਦੇ ਸਲੋ ਚੱਲਦੀ ਹੈ ਸਲੋ ਇਸ ਕਾਰਨ ਜੇਕਰ ਖੇਤ ਤੁਹਾਡਾ ਕਮਜ਼ੋਰ ਹੈ ਜਾਂ ਜ਼ਮੀਨ ਆਪਣੀ ਥੋੜੀ ਜੀ ਰੇਤਲੀ ਆ ਉੱਥੇ ਮੈਂ ਬੜੇ ਜਾਣਿਆਂ ਕੋਲ ਪੁੱਛਿਆ ਉੱਥੇ ਦੀ ਇਹ ਪ੍ਰੋਬਲਮ ਆਂਦੀ ਆ ਕਿ ਇਹ ਥੋੜੀ ਜੀ ਪਛੇਤੀ ਹੋ ਕੇ ਚੱਲਦੀ ਆ ਮਤਲਬ ਬਾਕੀਆਂ ਵੈਰਾਈਟੀਆਂ ਨਾਲ ਤੇ ਜਿਹੜੇ ਖੇਤ ਜ਼ੋਰ ਵਾਲੇ ਆ ਉੱਥੇ ਇਹ ਫਟਾਫਟ ਨਸਾਰਾ ਵੀ ਛੇਤੀ ਕਰ ਲੈਂਦੀ ਆ ਬੂਟਾ ਵੀ ਛੇਤੀ ਮਾਰ ਲੈਂਦੀ ਆ ਇਹਦਾ ਕੋਈ ਨੁਕਸਾਨ ਨਹੀਂ ਆ بس ਇਹੋ ਹੀ ਆ ਕਿ DBW 187 ਦਾ ਮੇਰਾ ਹੁਣ ਤੱਕ ਦਾ ਇਹ ਤਜਰਬਾ ਕਿ ਇਹਨੂੰ ਲਾਸਟ ਪਾਣੀ ਕਦੀ ਵੀ ਨਾ ਲਾਓ ਜੇਕਰ ਇਹਨੂੰ ਤੁਸੀਂ ਹਾਂ ਪਹਿਲਾ ਤੀਜਾ ਪਾਣੀ ਦੂਜਾ ਪਾਣੀ ਤੇ ਇਸ ਹਿਸਾਬ ਨਾਲ ਰੱਖੋ ਕਿ ਆਪਾਂ ਨੂੰ ਲਾਸਟ ਪਾਣੀ ਜਿਹੜਾ ਨਾ ਲਾਣਾ ਕਿ ਜਿੱਥੇ ਲਾਸਟ ਪਾਣੀ ਇਹਨੂੰ ਲੱਗ ਜਾਂਦਾ ਉੱਥੇ ਝਾੜ ਬਿਲਕੁਲ ਵੀ ਨਹੀਂ ਦਿੰਦੀ ਸੋ ਇਹ ਗੱਲ ਦਾ ਤੁਸੀਂ ਖਿਆਲ ਰੱਖਣਾ ਕਿ ਲਾਸਟ ਪਾਣੀ ਜਿਹੜਾ ਇਹਨੂੰ ਬਿਲਕੁਲ ਵੀ ਨਹੀਂ ਲਾਣਾ ਕਿਉਂਕਿ ਜੇਕਰ ਇਹਦਾ ਦਾਣਾ ਜਾਂ ਬਰੀਕ ਰਹਿ ਜਾਏਗਾ ਜੇਕਰ ਲਾਸਟ ਪਾਣੀ ਲਾ ਦਿੱਤਾ ਤੇ ਜਾਂ ਹਾਂ ਮਤਲਬ ਮੇਰੇ ਤੋਂ ਸੋਹਣੇ ਤਜਰਬੇ ਵੀ ਕਈ ਨੇ ਮੈਂ ਤੇ ਕੁਝ ਵੀ ਨਹੀਂ ਮੈਂ ਲੋਕਾਂ ਦੇ ਮੁਕਾਬਲੇ 0% ਵੀ ਨਹੀਂ ਕਈ ਵੀਰ ਬੜੀ ਗਾਂਹ ਮਤਲਬ ਲੰਗੇ ਹੋਏ ਨੇ ਹਰ ਤਰੀਕ ਦੀ ਜਾਣਕਾਰੀ ਹਰ ਤਰ੍ਹਾਂ ਦਾ ਸਭ ਕੁਝ ਸੋ ਮੈਨੂੰ ਕੋਈ ਇਹ ਨਹੀਂ ਕਿ ਮੈਂ ਗਲਤ ਵੀ ਹੋ ਸਕਦਾ ਜ਼ਰੂਰੀ ਨਹੀਂ ਕਿ ਮੈਂ ਬਿਲਕੁਲ 100% ਸਹੀ ਹਾਂ ਪਰ ਇੰਨਾ ਮੇਰਾ ਤਜਰਬਾ ਜ਼ਰੂਰ ਹੈ ਕਿ ਇਹ ਜਿੱਥੇ ਤੇਜ ਖੇਤ ਨੇ ਉੱਥੇ ਝਾੜ ਦੀ ਗੱਲ ਕਰਾਂ ਮੇਰਾ ਪਿਛਲੀ ਵਾਰੀ ਝਾੜ ਜਿਹੜਾ ਇਹਦਾ 17 ਕੁਇੰਟਲ ਆਇਆ ਸੀ ਉਸ ਤੋਂ ਪਿਛਲੀ ਵਾਰੀ ਮੈਨੂੰ ਪਿਛਲੇ ਉਸ ਤੋਂ ਪਿਛਲੀ ਵਾਰੀ ਐਵੇਂ ਲੱਗਦਾ ਜਿਦਾਂ ਬੀਜ ਮੈਨੂੰ ਪਿਓਰ ਨਹੀਂ ਸੀ ਮਿਲਿਆ ਮੈਂ ਖੁਦ ਨਹੀਂ ਸੀ ਲਿਆਂਦਾ ਕਿਸੇ ਕੋਲੋਂ ਬੀਜੇ ਦਾ ਲਿਆ ਸੀ ਪਰ ਉਦੋਂ ਜੇਕਰ ਮੈਂ ਗੱਲ ਕਰਾਂ ਉਦੋਂ 16.5 ਕੁਇੰਟਲ ਆਇਆ ਸੀ ਪਰ ਉਦੋਂ ਬਾਕੀਆਂ ਵੈਰਾਈਟੀਆਂ ਦੇ ਝਾੜ ਹੈ ਜਿਹੜੇ 22 ਕੁਇੰਟਲ 23 ਕੁਇੰਟਲ ਤੱਕ ਮਤਲਬ ਪੀਕ ਤੇ ਪੁੱਜ ਗਏ ਸੀ ਇਸ ਸਾਲ ਵੀ ਇਹਦਾ ਇਹੋ ਹੀ ਆ ਕਿ ਇਸ ਸਾਲ ਜੇਕਰ DBW 187 ਨੇ ਝਾੜ ਖੇਤਾਂ 'ਚ ਨਹੀਂ ਦਿੱਤਾ ਲਗਾਤਾਰ 3 ਸਾਲ ਹੋ ਗਏ ਖੇਤਾਂ ਚ ਲੱਗਦੇ ਇਸ ਤੋਂ ਪਹਿਲਾਂ ਵੀ ਮਤਲਬ ਲੱਗੀ ਆ ਪਰ ਹੁਣ 3 ਸਾਲ ਹੋ ਗਏ ਇਹਨੂੰ ਲੱਗਦੇ ਖੇਤਾਂ ਵਿੱਚ ਜੇਕਰ ਇਸ ਸਾਲ ਇਹਦਾ ਝਾੜ ਨਹੀਂ ਆਇਆ ਤੇ ਇਹ ਬਿਲਕੁਲ ਫੇਲ ਵੈਰਾਈਟੀ ਆ ਜਿਹੜੀ ਇਹ ਮੰਨੀ ਜਾਏਗੀ ਇਹਨੇ ਮਤਲਬ ਕਦੀ ਵੀ ਕੋਈ ਇਹਨੂੰ ਖੇਤ ਵਿੱਚ ਨਹੀਂ ਲਾਏਗਾ ਇਹ ਸਭ ਪੋਟੈਂਸ਼ੀਅਲ ਯੀਲਡ ਜਾਂ ਟੋਪ ਦੀ ਝਾੜ ਜਿਹਨੂੰ ਆਪਾਂ ਯੀਲਡ ਕਹਿੰਦੀ ਦਾ ਇਹ ਸਭ ਗੱਲਾਂ ਹੀ ਮਤਲਬ ਸਾਬਤ ਹੋਣ ਗਈਆਂ ਕਈ ਵੀਰਾਂ ਦੇ ਇਹਨੇ ਝਾੜ 20 ਕੁਇੰਟਲ 22 ਕੁਇੰਟਲ ਵੀ ਝਾੜ ਦਿੱਤਾ ਸੀ ਪਰ ਉੱਥੇ ਦਿੱਤਾ ਸੀ ਜਿਹਨਾਂ ਨੇ ਇਹਨੂੰ ਲਾਸਟ ਪਾਣੀ ਨਹੀਂ ਸੀ ਲਾਇਆ ਸੋ ਇਸ ਗੱਲ ਦਾ ਤੁਸੀਂ ਗੌਰ ਕਰਨਾ ਹੁਣ ਇਹਦਾ ਇਹੋ ਹੀ ਖਿਆਲ ਹੈ ਜੇਕਰ ਅੱਗੇ ਮੀਂਹ ਆਂਦਾ ਤੇ ਇਹਦੇ ਵਿੱਚ ਨਾ ਪਾਣੀ ਖੜਨ ਦੋ ਮੀਂਹ ਆਂਦਾ ਫਿਰ ਇਹਦਾ ਨੁਕਸਾਨ ਹੋ ਸਕਦਾ ਕਾਦੇ ਦੀ ਖਾਦ ਜਿਹੜੇ ਵੀਰਾਂ ਨੇ ਇਹਨੂੰ 60 ਦਿਨਾਂ ਤੱਕ ਮਤਲਬ ਬਾਕੀਆਂ ਵੈਰਾਈਟੀਆਂ ਦੇ ਹਿਸਾਬ ਨਾਲ ਪਾਈ ਸੀ ਤੇ ਉੱਥੇ ਇਹ ਡਿੱਗ ਵੀ ਗਈ ਆ ਤੇ ਅੱਗੇ ਡਿੱਗਣ ਦਾ ਹੋਰ ਇਹਦਾ ਡਰ ਆ ਪਰ ਹੁਣ ਡਿੱਗਣ ਦਾ ਖਤਰਾ ਥੋੜਾ ਜਿਹਾ ਘਟਾ ਕਿਉਂਕਿ ਇੰਨੇ ਹੁਣ ਹੋਲੀਆਂ ਹੋ ਗਈਆਂ ਜਿਹੜੀਆਂ ਪਛੇਤੀਆਂ ਬਜਾਈਆਂ ਡੀਬੀਡਬਲਯੂ 187 ਦੀਆਂ ਉੱਥੇ ਇਹ ਡਿੱਗ ਸਕਦੀ ਆ ਬਾਕੀ ਖਬਰਾਂ ਦੀ ਲੋੜ ਨਹੀਂ ਜੇਕਰ ਇਸ ਸਾਲ ਝਾੜਨ ਨਹੀਂ ਆਂਦਾ ਤੇ ਕਦੀ ਵੀ ਇਹਨੂੰ ਖੇਤ ਵਿੱਚ ਇਹ ਵੈਰਾਈਟੀ ਕਿਸੇ ਦੇ ਖੇਤ ਵਿੱਚ ਵੀ ਨਹੀਂ ਲੱਗੇਗੀ ਸੋ ਤੁਸੀਂ ਕੀ ਕਰਨਾ ਇੱਕ ਮਤਲਬ ਹਮੇਸ਼ਾ ਜੇਕਰ ਤੁਸੀਂ ਕਾਮਯਾਬ ਖੇਤੀ ਚ ਹੋਣਾ ਤੇ ਆਪਾਂ ਹਰ ਸਾਲ ਆਪਣੇ ਖੇਤ ਦਾ ਰਿਕਾਰਡ ਕਿਹੜਾ ਖੇਤ ਹੈ ਕਿਹੜੀ ਵੈਰਾਈਟੀ ਹੈ ਕਿੰਨਾ ਇਹਦਾ ਝਾੜ ਆਇਆ ਕਿੰਨੀ ਇਹਨੂੰ ਖਾਦ ਪਾਈ ਸਪਰੇਅ ਕਿਹੜੀ-ਕਿਹੜੀ ਕਰਨ ਦੀ ਲੋੜ ਪਈ ਇਹ ਸਭ ਤੁਸੀਂ ਡਾਟਾ ਜ਼ਰੂਰ ਰੱਖਿਓ ਜਿੱਦਨ ਤੁਸੀਂ 5 ਸਾਲ ਦਾ ਜਾਂ 4 ਸਾਲ ਦਾ ਡਾਟਾ ਇਕੱਠਾ ਕਰ ਲਿਆ ਤੇ ਕਦੀ ਵੀ ਤੁਸੀਂ ਫੇਲ ਨਹੀਂ ਹੋਵੋਗੇ ਤੁਹਾਡਾ ਝਾੜਾ ਜਿਹੜਾ ਹਮੇਸ਼ਾ ਸਾਰਿਆਂ ਨਾਲੋਂ ਟੋਪ ਤੇ ਆਏਗਾ ਸੋ ਇੰਨੀ ਕਿ ਬੇਨਤੀ ਕੀ ਕਹ ਲਓ ਜਾਂ ਜਾਣਕਾਰੀ ਕਹ ਲਓ ਇੰਨਾ ਕਿ ਤੁਸੀਂ ਜਰੂਰ ਨੋਟ ਕਰਿਆ ਕਰੋ ਕਿ ਕਿੰਨੀ ਖਾਦ ਪਾਈ ਸਭ ਕੁਝ ਫਿਰ ਅਗਲੇ ਅਗਲੀ ਵਾਰੀ ਜਦੋਂ ਆਪਾਂ ਕੋਈ ਵੀ ਬੀਜ ਬੀਜਦੇ ਆ ਫਿਰ ਆਪਾਂ ਨੂੰ ਜਾਣਕਾਰੀ ਇਹ ਹੋ ਜਾਂਦੀ ਆ ਕਿ ਆਪਾਂ ਕਦੀ ਵੀ ਖਤਾ ਨਹੀਂ ਖਾਂਦੇ ਜੇਕਰ ਆਪਾਂ ਬਹੁਤੇ ਤੇਜ਼ ਨਾ ਰਵਾਂਗੇ ਐਡਵਾਂਸ ਨਾ ਰਵਾਂਗੇ ਤੇ ਆਪਾਂ ਫੇਲ ਵੀ ਨਹੀਂ ਹੁੰਦੇ ਸੋ ਜਾਣਕਾਰੀ ਆਪਣੇ ਕੋਲ ਜਰੂਰ ਲਿਖਿਆ ਕਰੋ ਕਾਪੀ ਦੇ ਉੱਪਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ